ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣੇ ਲਈ ਜੱਟ ਤੇ ਬਹੁਤ ਜ਼ਿਆਦਾ ਤੁਹਾਡੀਆਂ ਰਿਕੁਐਸਟਾਂ ਹੁੰਦੀਆਂ ਨੇ ਕਿ ਭਾਜੀ ਤੁਸੀਂ ਟਿਕਟੌਕ ਤੇ ਵੀਡੀਓ ਬਣਾਉਂਦੇ ਹੋ ਤੇ ਪਹਿਲਾਂ ਮਿਊਜ਼ਿਕ ਚੱਲਦਾ ਵੇ ਜਦੋਂ ਤੁਸੀਂ ਆ ਕੇ ਗੱਲ ਕਰਦੇ ਹੋ ਤਾਂ ਮਿਊਜ਼ਿਕ ਲੋ ਹੋ ਜਾਂਦਾ ਬੈਕਗ੍ਰਾਉਂਡ 'ਚ ਮਿਊਜ਼ਿਕ ਚੱਲਦਾ ਰਹਿੰਦਾ ਹਲਕੀ ਆਵਾਜ਼ 'ਚ ਉਹਦਾ ਤਰੀਕਾ ਦੱਸ ਦਿਓ ਤੇ ਠੀਕ ਹੈ ਸ਼ਾਰਟ ਜੀ ਵੀਡੀਓ ਬਣਾ ਰਿਹਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਉਹਦੇ ਵਾਸਤੇ ਐਪ ਚਾਹੀਦੀ ਹੈ ਕੈਪਕਟਾ ਮਿਡਲ ਦੇ ਵਿੱਚ ਜਿਹੜੀ ਹੈ ਪੇ ਤੁਸੀਂ ਇਹ ਬੈਸਟ ਐਪ ਹੈ ਟਿਕਟੌਕ ਦੀ ਵੀਡੀਓਜ਼ ਨੂੰ ਐਡਿਟ ਕਰਨ ਵਾਸਤੇ ਬਿਲਕੁਲ ਸੌਫ ਮਤਲਬ ਕਿ ਬਿਲਕ ਨਿਊ ਪ੍ਰੋਜੈਕਟ ਦੇ ਜਿਹੜੇ ਸਬਤ ਪਹਿਲਾਂ ਮੈਂ ਤੁਹਾਨੂੰ ਦੱਸਣਾ ਕਿ ਮੇਰਾ ਮਕਸਦ ਕੀ ਕਹਿੰਦਾ ਫਾਰ ਐਗਜ਼ਾਮਪਲ ਇਹ ਵੀਡੀਓ ਚਲਾਈਏ ਮੈਂ ਦੇਖੋ ਮੇਰੇ ਤੇ ਬਾਹਰ ਦੇ ਯਾਰਾਂ ਦੋਸਤਾਂ ਇਹ ਦੇਖੋ ਇੱਥੇ ਹੁਣ ਮੈਂ ਜਦ ਬੋਲਣਾ ਸ਼ੁਰੂ ਕੀਤਾ ਤੇ ਵਾਲੀਅਮ ਘਟ ਗਿਆ ਵੇ ਕਰਨਾ ਤੁਸੀਂ ਕੀ ਏ ਕਿ ਜਦੋਂ ਤੁਸੀਂ ਇਹ ਥੱਲੇ ਮਿਊਜ਼ਿਕ ਲਾਏ ਆ ਇਹ ਜਿਹੜੀ ਲਾਈਨ ਚੱਲਦੀ ਵੀ ਆਡੀਓ ਦੀ ਠੀਕ ਹੈ ਇੱਥੇ ਲਾਣਾ ਜਦੋਂ ਤੁਸੀਂ ਬੋਲਣਾ ਇੱਥੇ ਮੈਂ ਬੋਲਣਾ ਸ਼ੁਰੂ ਕੀਤਾ ਇੱਥੇ ਦੇਖੋ ਵਿੱਚ ਸਪਲਿਟਿਕ ਹੈ ਉਹਦੇ ਵਿੱਚ ਇਹ ਦੇਖੋ ਇਹ ਆਡੀਓ ਨੂੰ ਤੁਸੀਂ ਇੱਥੋਂ ਸਪਲੀਟ ਕਰ ਲੈਣਾ ਵੇ ਇਹ ਥੱਲੇ ਸਪਲੀਟ ਦਾ ਆਪਸ਼ਨ ਹੈਗਾ ਵੇ ਜੇ ਸਪਲੀਟ ਕਰ ਲੈਣਾ ਵੇ ਤੇ ਤੁਸੀਂ ਇਸ ਹਿੱਸੇ ਨੂੰ ਜਿੱਥੇ ਉੱਤੇ ਤੁਸੀਂ ਬੋਲ ਰਹੇ ਹੋ ਤੇ ਥੱਲੇ ਤੁਹਾਡਾ ਗਾਣਾ ਚੱਲ ਰਿਹਾ ਇਹਨੂੰ ਸਿਲੈਕਟ ਕਰਕੇ ਤੇ ਇਹ ਵੋਲਿਊਮ ਦਾ ਬਟਨ ਬਣਿਆ ਇਹਨੂੰ ਕਲਿੱਕ ਕਰਨਾ ਤੇ ਇਹਦਾ ਦੇਖੋ ਤੁਸੀਂ ਇਹਦਾ ਵੋਲਿਊਮ ਘਟਾ ਕੇ ਤੇ ਦੱਸ ਤੇ ਲੈਣਾ ਠੀਕ ਹੈ ਇਹਦਾ ਵੋਲਿਊਮ ਫਿਰ ਘਟ ਜੇਗਾ ਉੱਤੇ ਦਾ ਵੋਲਿਊਮ ਜਿਹੜਾ ਮੇਰਾ ਉਹ ਦੇਖੋ ਪੂਰਾ 100 ਤੇ ਖੜਾ ਵੇ ਠੀਕ ਹੈ ਥੱਲੇ ਵਾਲੇ ਟਰੈਕ ਦਾ ਵੋਲਿਊਮ ਘਟ ਗਿਆ ਉੱਤੇ ਮੇਰੀ ਆਵਾਜ਼ ਪੂਰੀ ਆਏਗੀ ਪਿੱਛੇ ਜਿਹੜਾ ਗਾਣਾ ਚੱਲ ਰਿਹਾ ਉਹਦੀ ਆਵਾਜ਼ ਸਲੋ ਹੋ ਜਾਏਗੀ ਇਹ ਇਹ ਦੇਖੋ ਮੇਰੇ ਤੇ ਬਾਹਰ ਦੇ ਯਾਰਾਂ ਦੋਸਤਾਂ ਨੇ ਕੀ ਛਣਕਣਾ ਠੀਕ ਹੈ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਈਜ਼ੀ ਮੈਂ ਇਸ ਐਗਜ਼ਾਮਪਲ 'ਚ ਸਮਝਾਉਣਾ ਵਾ ਇਹ ਦੇਖੋ ਤੁਸੀਂ ਇਹਦਾ ਵੋਲਿਊਮ ਅਗਰ ਅਸੀਂ ਘਟਾ ਦੇਾਂਗੇ ਤੇ ਦੇਖੋ ਦੇਖੋ ਮੇਰੀ ਬਾਜ਼ ਨਹੀਂ ਆ ਰਹੀ ਕਿਉਂਕਿ ਉਹਦਾ ਵਾਲੀਅਮ ਅਸੀਂ ਘਟਾ ਦਿੱਤਾ ਹੈ ਅਸਲੀ ਇਹ ਵੀਡੀਓ ਦਾ ਵਾਲੀਅਮ ਤੁਸੀਂ ਪੂਰਾ ਰੱਖਦੇ ਹੋਗੇ ਥੱਲੇ ਵਾਲੇ ਟ੍ਰੈਕ ਨੂੰ ਸਿਲੈਕਟ ਕਰਨਾ ਹੈ ਵਾਲੀਅਮ ਤੇ ਜਾ ਕੇ ਉਹਦਾ ਜਿੰਨਾ ਤੁਸੀਂ ਘਟਾਉਣਾ ਹੈ ਉਹਨਾਂ ਘਟ ਕਰਕੇ ਸੇਵ ਕਰਕੇ ਉਹ ਟਾਪ ਰਾਈਟ ਕਾਰਨਰ ਤੇ 익ਸਪੋਰਟ ਦਾ ਬਟਨ ਲਿਖਿਆ ਹੈ ਤੇ 익ਸਪੋਰਟ ਕਰ ਦੇਣੀ ਤੁਹਾਡੀ ਵੀਡੀਓ ਹੋ ਜੇਗੀ ਰੈਡੀ ਅਗਰ ਮਜ਼ੀਦ ਇਹ ਜੇ ਟਿਊਟੋਰੀਅਲ ਚਾਹੀਦੀ ਹੈ ਕਿ ਵੀਡੀਓਸ ਵਿੱਚ ਮੈਂ ਅਫੈਕਟ ਕਿਸ ਤਰ੍ਹਾਂ ਪਾਣਾ ਵਾ ਤੇ ਗਾਣੇ ਕਿਸ ਤਰ੍ਹਾਂ ਵਿੱਚ ਡਾਊਨਲੋਡ ਕਰਕੇ ਪਾਣਾ ਵਾ ਤੇ ਉਹਦੇ ਵਾਸਤੇ ਵੀ ਮੈਂ ਵੀਡੀਓ ਬਣਾਉਣ ਨੂੰ ਤਿਆਰ ਹਾਂ ਕਮੈਂਟ ਜ਼ਰੂਰ ਕਰਿਓ ਭਰਾ ਦੇ ਚੈਨ